ਪੈਸਾ ਉਹ ਗੱਲ ਸੁਣਾਓ ਜਿਹੜੀ ਸੁਣਾੰਦੇ ਹੁੰਦੇ ਉਹ ਕੋ ਹਿੰਦੂ ਕਾਰੀਗਰ ਵਾਲੀ ਹਾਂਜੀ ਮੈਂ ਬਦੀਨ ਹੁੰਦਾ ਥਾ ਤੇ ਉੱਥੇ ਮੈਂ ਟੋਕਾ ਬਣਵਾਉਣਾ ਸੀ ਬੁਗਦਾ ਅੱਛਾ ਤੇ ਮੈਂ ਕਮਾਨੀ ਬੜੀ ਮੁਸ਼ਕਲ ਨਾਲ ਲੱਭੀ ਸੀ ਰੂਸੀ ਟਰੱਕ ਦੀ ਅੱਛਾ ਮੈਨੂੰ ਕਿਸੇ ਨੇ ਦੱਸਿਆ ਵੀ ਉਹ ਲੋਹਾ ਬੜਾ ਮਜ਼ਬੂਤ ਹੁੰਦਾ ਹੈ ਰੂਸੀ ਟਰੱਕ ਦੀ ਕਮਾਨੀ ਵਾਲਾ ਹੂੰ ਕਮਾਨੀ ਮਹੱਲਾ ਬਕੇ ਮੈਂ ਗਿਆ ਇੱਕ ਬੁਗਦਾ ਬਣਵਾਉਣਗੇ ਹਿੰਦੂ ਲੋਹਾਰ ਕੋਲ अच्छा जड़ा ना मैं साई हेरा फेरी नहीं करनी मैं चंगी चंग बना के देनी कमानी बड़ी मुश्किल लबी लबी है है लबी लबी अफगानी लोहे की उन्हें कहा मैं हिंदू मैं मुसलमान नहीं है मैं हिंदू हा और बेईमानी नहीं करांगा असल चीज बना के देंगा ਹੂੰ ਤੇ ਮੈਂ ਤੇ ਬੜਾ ਪਰੇਸ਼ਾਨ ਹੋਇਆ ਯਾਰ ਸਾਡੀ ਮੁਸਲਮਾਨਾਂ ਦੀ ਇਤਨੀ ਇਹ ਬੇਇੱਜ਼ਤੀ ਕਰ ਚੜੀ ਹੈ ਸਾਡੇ ਸਾਹਮਣੇ ਕਿ ਅਸੀਂ ਮੁਸਲਮਾਨ ਐਡੇ ਹੀ ਭੜੇ ਆ ਤੇ ਮੈਂ ਤੇ ਬੜਾ ਸ਼ਰਮਿੰਦਾ ਹੋਇਆ ਵਾਕਿਆ ਹੀ ਉਸਨੇ ਨਾ ਬੰਦੇ ਦੇ ਪੁੱਤਰਾਂ ਵਾਲਾ ਕੰਮ ਕੀਤਾ ਹੈ ਵੇਖੋ ਭਾਈ ਸਾਹਿਬ ਇਹ ਵੀ ਗੱਲ ਹੈ ਨਾ ਕਿ ਅਸੀਂ ਮੁਸਲਮਾਨਾਂ ਨੇ ਨਾ ਅੱਲਾ ਮਾਫ ਕਰੇ ਉਹ ਸਾਰੇ ਲੋਕ ਇੱਕੋ ਜਿਹੇ ਨਹੀਂ ਹੁੰਦੇ ਲੇਕਿਨ ਕੀ ਆਂਦੇ ਨੇ ਤਲਾਬ ਦੀ ਇੱਕ ਮੱਛੀ ਜਦੋਂ ਗੰਦੀ ਹੁੰਦੀ ਹੈ ਨਾ ਤਾਂ ਉਹ ਪੂਰੇ ਤਲਾਬ ਨੂੰ ਸਮਝਿਆ ਜਾਂਦਾ ਹੈ ਕਿ ਇਹ ਗਲਤ ਨੇ ਜੀ ਗੰਦੇ ਨੇ ਹੂੰ ਤੇ ਉਹ ਕਿਸੇ ਨਾ ਔਰ ਤੁਹਾਨੂੰ ਪਤਾ ਸਾਡੇ ਅੱਲਾ ਮਾਫ ਕਰੀ ਜਿਹੋ ਜੇ ਮੁਸਲਮਾਨ ਅੱਜ ਕੱਲ ਹੈ ਦੁਕਾਨਾਂ ਵਾਲੇ ਕਿੰਨੀਆਂ ਹੀਰਾ ਫੇਰੀਆਂ ਵੀ ਕਰਦੇ ਸਾਡੇ ਆ ਬੂਰ ਚਾਚੇ ਉਹ ਹੀ ਦੱਸਦੇ ਨੇ ਕਿ ਖਤਰਿਆਂ ਦੀ ਦੁਕਾਨਾਂ ਜਦੋਂ ਹੁੰਦੀਆਂ ਨੇ 47 ਦੀ ਵੰਡ ਤੋਂ ਪਹਿਲੇ ਤੇ ਹਮੇਸ਼ਾ ਸ਼ਾਇ ਚੰਗੀ ਲੱਭਣੀ ਫਿਰ ਨਾਪ ਤੋਲ ਚੰਗਾ ਹੋਣਾ ਅਸਾਂ ਲੋਕਾਂ ਆ ਕੇ ਹੀ ਨਾ ਦੇ ਮੁਸਲਮਾਨ ਰਹਿ ਗਏ ਸਾਡੇ ਚ ਇਮਾਨ ਵਾਲੀ ਤੇ ਗੱਲ ਕੋਈ ਨਹੀਂ ਵਾਹ ਬਸ ਹੀਰਾ ਫੇਰੀ ਹੀਰਾ ਫੇਰੀ ਬਸ ਤੇ ਰੱਬ ਵੀ ਸਾਡੇ ਹਾਲ ਤੇ ਰਹਿਮ ਕਰੇ ਬਸ ਇਹ ਗੱਲ ਹੈ ਇਹ ਤੁਹਾਨੂੰ ਵਾਕਿਆ ਸੁਣਾਉਣ ਦਾ ਮਕਸਦ ਇਹ ਵੇ ਕਿ ਸਾਨੂੰ ਆਪਣੇ ਘਰੇਬਾਨਾਂ ਚ ਝਾਂਗਣਾ ਚਾਹੀਦਾ ਇਸ ਵੀਡੀਓ ਨੂੰ ਇਸ ਗੱਲ ਨੂੰ ਲੈ ਕੇ ਨਾ ਗੁੱਸਾ ਨਫ਼ਰਤ ਨਾ ਤੁਸੀਂ ਆਪਣੇ ਦਿਲਾਂ 'ਚ ਪਾ ਲੈਣਾ ਕਿ ਅਸੀਂ ਮੁਸਲਮਾਨ ਹਾਂ ਤੋਂ ਅੱਲਾ ਮੈਂ ਅਸੀਂ ਆ ਖੁਦ ਮੁਸਲਮਾਨ ਹਾਂ ਲੇਕਿਨ ਸਾਨੂੰ ਆਪ ਸ਼ਰਮ ਆਉਂਦੀ ਹੈ ਕਿ ਜਦੋਂ ਕੋਈ ਇਹੋ ਜਿਹਾ ਬੰਦਾ ਆਫ ਦੀ ਗੱਲ ਹੁੰਦੀ ਹੈ ਨਾ ਸਾਡੇ ਤੇ ਲੇਕਿਨ ਸਾਡੇ ਕਰਤੂਤਾਂ ਨੂੰ ਵੇਖ ਕੇ ਲੋਕੀ ਕਹਿੰਦੇ ਨੇ ਤੇ ਬਿਹਤਰ ਹੈ ਅਸੀਂ ਆਪਣੇ ਆਪ ਨੂੰ ਬਿਹਤਰ ਕਰੀਏ ਤਾਂ ਕਿ ਪੂਰੀ ਦੁਨੀਆ ਤੇ ਸਾਨੂੰ ਚੰਗੇ ਲਫ਼ਜ਼ਾਂ ਨਾਲ ਲੋਕੀ ਯਾਦ ਕਰਨ ਬੁਰਾ ਨਾ ਕਹਿਣਾ ਜੀ ਅਲਹਾਇਕ